ਪੱਖਾ ਲੱਗਾ, ਪੂਰਾ ਮਾਹੌਲ ਬਣਿਆ ਜਨਾਬ। ਹਵਾ ਵਾਸਤੇ ਸਾਰੇ 12 ਦਿਨ ਬਣੀ। ਉਹ ਭਾਈ ਪਿੱਛੇ ਰਹੀ ਜਿਹੜਾ ਬੰਦਾ ਕੋਲ ਰੱਖ, ਜਿਹਨੇ ਰੱਖਿਆ ਹੋਵੇ ਨਾ ਉਹਨੂੰ ਕੋਈ ਨਹੀਂ ਜਾਂਦੇ। ਸਾਕਬ ਕਿੰਨੇ ਦਿਨ ਹੋ ਗਏ ਸੋਇਆ? ਹਫ਼ਤਾ ਹੋ ਗਿਆ। ਸਾਕਬ ਘੋੜੀ ਦਾ ਮਾਸ਼ਾਅੱਲਾ ਸ਼ੌਕ ਵਾਹਵਾ ਭਾਜੀ। ਸਾਕਬ ਭਾਈ ਨੂੰ ਮਾਸ਼ਾਅੱਲਾ ਵਾਹਵਾ ਸ਼ੌਕ ਹੈ। ਸਾਕਬ ਨੂੰ ਤੇ ਵਕਾਰ ਨੂੰ ਬੰਦ ਕਰ ਛੇ ਉਧਰੋਂ ਬੰਦ ਕਰ ਦੇ ਪੁੱਤਰ। ਭਾਈ ਸਾਹਿਬ ਬਹਿ ਗਏ ਹੋ? ਅੱਛਾ ਜੀ, ਅੱਜ ਭਾਜੀ ਮਾਸ਼ਾਅੱਲਾ ਸਾਕਬ ਦੀ ਗੱਡੀ ਤੇ ਚਾਰ ਰਹੇ ਆ ਬੜੇ ਜਾਣੇ। ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਬੜਾ ਬਿਹਤਰੀਨ ਇਹਦਾ ਜਨਾਬ ਸਾਰਾ ਸਿਸਟਮ ਇੰਟੀਰੀਅਰ। ਉੱਤੇ ਸਨਰੂਫ ਚੈੱਕ ਕਰੋ। ਅਸਲਾਮ ਵਾਲੇਕਮ ਜੀ, ਵੈਲਕਮ ਟੂ ਮਾਈ ਚੈਨਲ ਜਨਾਬ। ਟਾਈਮ 10 ਵਜੇ ਨੇ। ਮੌਸਮ ਵੇਖੋ ਜਨਾਬ, ਬਹੁਤ ਜ਼ਿਆਦਾ ਮੌਸਮ ਸੁਬਹਾ ਸੁਬਹਾ ਠੰਡਾ ਹੋਇਆ, ਉਸ ਤੋਂ ਬਾਅਦ ਠੰਡੀ ਕਾਲੀ ਘੱਟ ਬਣੀ ਹੈ। ਬੰਦਾ ਪੱਠੇ ਲੈ ਕੇ ਜਾ ਰਿਹਾ, ਇਹ ਬੰਦਾ ਪਾਣੀ ਪਾਉਣ ਡਿਆ। ਆ ਕੀ ਹਾਲ ਭਾਜੀ? ਜਨਾਬ ਨਾਲ ਛੁੱਟੀਆਂ ਥੋੜੀਆਂ ਥੋੜੀਆਂ ਕਣੀਆਂ ਆ ਗਈਆਂ, ਬਾਰਿਸ਼ ਆਉਣ ਵਾਲੀ ਹੈ। ਮੈਂ ਨਾਸ਼ਤਾ ਨੁਸ਼ਤਾ ਕਰਕੇ ਰੈਡੀ ਹੋ ਗਿਆ ਅਤੇ ਰਸਤੇ ਸਾਰੇ ਸੌਣ ਵਜੇ। ਇਹ ਜਨਾਬ ਸਾਡੇ ਪਿੰਡ ਦਾ ਫੇਜ ਦਾ ਮੁੰਡਾ ਵੇ, ਦੁੱਧ ਬਹੁਤ ਦੁੱਧ ਦਾ ਕੰਮ ਕਰਦਾ। ਇਹ ਵੇਖੋ ਸੂਰਤ ਹਾਲ ਮੌਸਮ ਦੀ। ਅਮਰ ਭਾਈ ਨੂੰ ਫੋਨ ਕੀਤਾ, ਆਉਣ ਲੱਗਾ। 4 ਦਿਨ ਬੜੀ ਗਰਮੀ ਪਈ ਹੈ, ਰਾਤੀ ਬਾਰਿਸ਼ ਹੋ ਗਈ, ਫਿਰ ਸੂਰਤ ਹਾਲ ਮੌਸਮ ਦੀ ਬਣ ਗਈ, ਬਹੁਤ ਖਰਾਬ ਹੋ ਗਈ। ਚੀਮਾ ਆ ਗਿਆ ਜਨਾਬ, ਆਹ ਚੀਮਾ ਆ ਗਿਆ ਜੀ ਜਨਾਬ। ਚੀਮਾ ਬੱਚਾ ਛੱਡ ਗਿਆ ਜੀ, ਚੀਮਾ ਜਨਾਬ ਆ ਗਿਆ। ਕਿਹਦੀ ਗੱਡੀ ਕਰ ਲਓ ਨਾ? ਲਓ ਜਨਾਬ, ਸੁਬਹਾ ਦਾ ਮੌਸਮ ਖਰਾਬ ਹੋਇਆ ਸੀ ਅਤੇ ਹੁਣ ਬਾਰਿਸ਼ ਲੱਗ ਪਈ ਹੈ। ਆ ਵੇਖ ਲਓ ਸੂਰਤ ਹਾਲ। ਅਤੇ ਅਸੀਂ ਜ਼ਰਾ ਕਿਤੇ ਜਾਣਾ ਸੀ ਕੰਮ, ਅਤੇ ਬਾਰਿਸ਼ ਦੀ ਵਜ੍ਹਾ ਨਾਲ ਜ਼ਰਾ ਫਿਰ ਖਲੋ ਗਏ ਹਾਂ ਜਨਾਬ। ਨੂੰ ਬੈਠੇ ਉਹ ਮੂੰਹ ਵੀ ਧੋਤੇ ਗਏ ਨਹੀਂ ਧੋਤਾ? ਇਹ ਤਾਂ ਭਾਜੀ ਹਾਲ ਰਾਤ ਬੰਦੇ ਮੂੰਹ ਵੀ ਨਹੀਂ ਧੋ ਗਿਆ ਜਨਾਬ। ਬਾਰਿਸ਼ ਰੁਕ ਗਈ ਹੈ, ਅਸੀਂ ਜ਼ਰਾ ਚੱਲੇ ਹਾਂ ਬਣਾਉਣੇ, ਸਾਨੂੰ ਕੰਮ ਸੀ। ਸਾਕਬ ਨੇ ਅਲਟਸ ਕੱਢ ਲਈ ਹੈ। ਹਾਂਜੀ ਲਿਆ ਬਾਬਾ ਜੀ, ਦਰਵਾਜ਼ਾ ਬੰਦ ਕਰ ਛੇ ਦਰਵਾਜ਼ਾ ਬੰਦ ਕਰ ਦੇ ਪੁੱਤਰ। ਭਾਈ ਸਾਹਿਬ ਬਹਿ ਗਏ ਹੋ? ਅੱਛਾ ਜੀ, ਅੱਜ ਭਾਜੀ ਮਾਸ਼ਾਅੱਲਾ ਸਾਕਬ ਦੀ ਗੱਡੀ ਤੇ ਚਾਰ ਰਹੇ ਆ ਬੜੇ ਜਾਣੇ। ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਤਾਲਾ। ਤੇ ਵੇਖਣ ਤੇ ਆ ਸੀ ਕੀ ਸਾਕਬ ਮਾਸ਼ਾਅੱਲਾ ਭਾਜ ਜਨਾਬ ਗੱਡੀ ਨਵੀਂ ਲਈ ਹੈ, ਮਾਸ਼ਾਅੱਲਾ ਅਲਟਸ ਗਰੰਟੀ, ਬੜਾ ਬਿਹਤਰੀਨ ਇਹਦਾ ਜਨਾਬ ਸਾਰਾ ਸਿਸਟਮ ਇੰਟੀਰੀਅਰ। ਉੱਤੇ ਸਨਰੂਫ ਚੈੱਕ ਕਰੋ। ਸਾਕਬ ਭਾਈ ਕਿਹੜਾ ਮਾਡਲ ਹੈ? ਇਹ ਕਿਹੜਾ ਮਾਡਲ ਹੈ? ਉਹ ਮੇਰਾ ਸਿਰ ਪਿੱਛੇ ਪਿੱਛੇ
ਅੱਛਾ ਵੀ ਮਾਡਲ ਮਾਸ਼ਾਅੱਲਾ ਕਿਤੇ ਨਵੀਂ ਲਈ ਕਿੰਨੀ ਚੱਲੀ ਹੈ ਦੂਸਰੀ ਜਿਹੜੀ ਨਾ ਇੱਕ ਹੋਰ ਬੰਦੇ ਕੋਲ ਵੇਖੀ ਉਹਨਾਂ ਦਾ ਸਿਸਟਮ ਭਾਈ ਹੋਰ ਸੀ ਠੀਕ ਹੈ ਤੇ ਜਨਾਬ ਚਿੱਕੜ ਸਾਰਾ ਹੋ ਗਿਆ ਸਾਡੇ ਰਸਤੇ ਤੇ ਬਾਰਿਸ਼ ਬੁਰਸ਼ ਦੀ ਵਜ੍ਹਾ ਨਾਲ ਬਾਰਿਸ਼ ਕਾਫੀ ਹੋਈ ਹੈ ਮੁਨਾਸਬ ਮਿਲ ਗਈ ਹੈ ਸਹੀ ਹੋ ਗਿਆ ਲਓ ਜਨਾਬ ਵੇਖੋ ਸੂਰਤ ਹਾਲ ਬਾਹਰ ਦੀ ਬਾਰਿਸ਼ ਦੀ ਵਜ੍ਹਾ ਨਾਲ ਬੜੀ ਕੂਲਿੰਗ ਜਾ ਰਹੀ ਸੀ ਭਾਜੀ ਦੀ ਬੜੀ ਕੂਲਿੰਗ ਸੀ ਦੀ ਕੂਲਿੰਗ ਜ਼ਰੂਰ ਕਰਨੀ ਹੈ ਬਸ ਇੱਕ ਦੀ ਰੱਖ ਜਰਾ ਇਹ ਬਟਨਾਂ ਦਾ ਕੀ ਸਿਸਟਮ ਹੈ ਇਹ ਮਿਊਜ਼ਿਕ ਵਾਲੇ ਬਟਨ ਨੇ ਅੱਛਾ ਮਿਊਜ਼ਿਕ ਠੀਕ ਹੈ ਇਹ ਸੈਟਿੰਗ ਹੈ ਮੀਟਰ ਦੀ ਬਟਿਆਣੇ ਚੱਲੇ ਆ ਫਿਰ ਇੱਕ ਤੁਹਾਨੂੰ ਸੀਨ ਹੋਰ ਵਿਖਾਣਾ ਸਾਕਬ ਦੀ ਘੋੜੀ ਜਿਹੜੀ ਨਾ ਉਹ ਸੂਪਈ ਹੈ ਉਹਦਾ ਤੁਹਾਨੂੰ ਜਿਹੜਾ ਨਾ ਆਪਣਾ ਰਿਵਿਊ ਕਰਨੇ ਆ ਹੁਣ ਗੱਡੀ ਦਾ ਕਰਾਇਆ ਫਿਰ ਉਹ ਦਿਖਾਨੇ ਆ ਵੇਖੋ ਸਾਡਾ ਆਪਣਾ ਰੋਡ ਤੇ ਬਾਰਿਸ਼ ਦੇ ਨਾਲ ਪਾਣੀ ਪਾਣੀ ਲੋ ਜਨਾਬ ਬੜਿਆਣੇ ਅੱਡੇ ਤੇ ਆ ਗਏ ਆ ਵੇਖੋ ਸਰਕਾਰ ਮੰਗਲ ਵਾਲੇ ਦਿਨ ਸਾਡੇ ਇੱਥੇ ਮੰਗਲ ਬਾਜ਼ਾਰ ਲੱਗਦਾ ਵੇ ਆ ਵੇਖੋ ਕੱਚੇ ਆਮ ਦੀ ਸਬਜ਼ੀਆਂ ਫਰੂਟ ਦੂਸਰੇ ਨੰਬਰ ਤੇ ਜੋ ਕੱਪੜਾ ਟਾਕੀ ਜੁੱਤੀ ਹਰ ਚੀਜ਼ ਹਰ ਕਿਸਮ ਦਾ ਸਾਜੋ ਸਮਾਨ ਬੀਬੀਆਂ ਇੱਥੇ ਆ ਕੇ ਖਰੀਦਦੀਆਂ ਨੇ ਮੰਗਲ ਵਾਲੇ ਦਿਨ ਆ ਵੇਖੋ ਜਨਾਬ ਕੇਲਿਆਂ ਦੀ ਰੇਹੜੀ ਲੱਗੀ ਫਿਰ ਇਸ ਵਜ੍ਹਾ ਤੋਂ ਰੋਡ ਵੀ ਸਾਡਾ ਜਿਹੜਾ ਨਾ ਥੋੜਾ ਜਿਹਾ ਆਪਣਾ ਇੱਥੇ ਬੰਦ ਹੋ ਜਾਂਦਾ ਅਲਾ ਕਰੀਮ ਅਲਾ ਕਰੀਮ ਜੱਟਾਂ ਦਾ ਬੰਦਾ ਲੱਗਾ ਭਾਜੀ ਉੱਥੇ ਕਿੱਥੇ ਮੈਨੇਜਰ ਉਹ ਜਿਹੜਾ ਅਸਕਰੀ ਚ ਮੰਗ ਚ ਮੈਂ ਜਾਣਾ ਹੀ ਪੈਸੇ ਆਇਆ ਹਾਂ ਤੇ ਮੈਂ ਪਤਾ ਕਰਾਂ ਲਓ ਜਨਾਬ ਸਾਕਬ ਲੈਣ ਗਿਆ ਸਮੋਸੇ ਤੇ ਆ ਸਰਦਾ ਬਾਜਵਾ ਸਾਹਿਬ ਨੇ ਸਰਦਾ ਲੈ ਲਿਆ ਤੂੰ ਸਰਦਾ ਖਾਣਾ ਇਹਨੇ ਭਾਜੀ ਡਾਕਟਰੀ ਕਰਾਉਣੀ ਹੈ ਡਾਕਟਰੀ ਕਰਾਉਣੀ ਹੈ ਤਾਂ ਮੈਂ ਸਰਦਾ ਖਾਣਾ ਆ ਗਏ ਸਰਦਾ ਸਮੋਸੇ ਆ ਗਏ ਲਾਨੂੰ ਸੁਣਾ ਠੀਕ ਠਾਕ ਜਨਾਬ ਤੁਸੀਂ ਸੁਣਾਓ ਠੀਕ ਠਾਕ ਸ਼ੁਕਰ ਆ ਤੂੰ ਕਿਦਾਂ ਦਾ ਦੋਧੀ ਬਣ ਗਿਆ ਦੋਧੀ ਬਣਿਆ ਤਾਂ 2-3 ਮਹੀਨੇ ਹੋ ਗਏ ਨੇ ਹਾਂ 2-3 ਮਹੀਨੇ ਹੋ ਗਏ ਨੇ ਯਾਰ ਤੂੰ ਤਾਂ ਗਨਾਲੇ ਦਾ ਹੋਰ ਕੰਮ ਨਹੀਂ ਕਰਦਾ ਲਿਆਂਦਾ ਹੂੰ ਤੁਹਾਡਾ ਹਾਂ ਆ ਜਨਾਬ ਸਲਾਨ ਸਾਡੇ ਪਿੰਡ ਦਾ ਬੜਾ ਮਸ਼ਹੂਰ ਮਰੂਫ ਹਸਤੀ ਹੈ ਆ ਦੋਦੀ ਦੋਦੀ ਸਿੱਧੂ ਮੂਸੇ ਵਾਲੇ ਨਾਲ ਹੁੰਦਾ ਕਰਦਾ ਸੀ ਆਹ ਕਿਹਦਾ ਹੁਣ ਸਿੱਧੂ ਬਾਹਰ ਟੁਰ ਗਿਆ ਆ ਤੇ ਡਿਊਟੀ ਇਹਨੂੰ ਦੇ ਗਿਆ ਹੈ ਆ ਜਨਾਬ ਅੱਜ ਗਰਮੀ ਬਹੁਤ ਜ਼ਿਆਦਾ ਖੀਰ ਹੈ ਆ ਬਾਜਵਾ ਸਾਹਿਬ ਆ ਗਏ ਨੇ ਆ ਸਾਕਬ ਭਾਈ ਨੇ ਕੀ ਹੋਇਆ ਮੋਟਰਸਾਈਕਲ ਨੂੰ ਮੋਟਰਸਾਈਕਲ ਯਾਰ ਟਾਇਰ ਨਾਲ ਲੱਗਦਾ ਟਾਇਰ ਨਾਲ ਲੱਗਦਾ ਤੇ ਟਾਇਰ ਨਾਲ ਹੀ ਲੱਗਣਾ ਹੈ ਮੋਟਰਸਾਈਕਲ ਦੇ ਨਾਲ ਨਹੀਂ ਟਾਇਰ ਅੱਛਾ ਜਨਾਬ ਇਹ ਵੇਖੋ ਸਾਡੇ ਬਾਰਿਸ਼ ਦੇ ਨਾਲ ਸਾਡੇ ਰਾਹ ਦੀ ਸੂਰਤ ਹਾਲ ਕੀ ਬਣੀ ਪਹਿਲੇ ਨੰਬਰ ਬਹੁਤ ਜ਼ਿਆਦਾ ਚਿੱਕੜ ਹੋ ਗਿਆ ਪਰੇਸ਼ਾਨੀ ਬਹੁਤ ਜ਼ਿਆਦਾ ਜਾਣ ਆਉਣ ਦੀ ਬਹਰਾਲ ਸਾਉਣ ਭਾਦਰਾਂ ਦਿਨਾਂ ਦੇ ਵਿੱਚ ਇਹ ਹੀ ਸੂਰਤ ਹਾਲ ਇੱਥੇ ਸਾਡਾ ਇੱਕ ਬੂਟਾ ਹੁੰਦਾ ਸੀ ਬੋਰਡ ਦਾ ਸੀ ਪੁੱਟ ਛੜਿਆ ਇੱਥੇ ਹੁਣ ਜਨਾਬ ਮਿੱਟੀ ਛਿੱਟੀ ਪਾ ਕੇ ਉਹਨੂੰ ਟਾਇਲ ਸ਼ਾਲ ਲਾਉਂਦੇ ਆ ਇਹ ਬੱਚੇ ਸਾਡੇ ਕੋਲ ਜਿਹੜਾ ਇਹ ਕਨਾਲੇ ਦਾ ਬੰਦਾ ਪੱਠੇ ਪਾਉਂਦਾ ਉਹਦੇ ਬੱਚੇ ਨੇ ਇਹ ਖੇਡਦੇ ਖੂਡਦੇ ਨੇ ਬੇ ਘੋੜਾ ਸੁੱਤਾ ਜੇ ਭਾਜੀ ਜਨਾਬ ਕੀ ਆਖਿਆ ਘੋੜਾ ਸੁੱਤਾ ਜੇ ਲਓ ਜਨਾਬ ਸਾਕਬ ਭਾਈ ਦੀ ਮਾਸ਼ਾਅੱਲਾ ਘੋੜੀ ਸੂਪਈ ਹੈ ਉਹਨੇ ਦਿੱਤਾ ਘੋੜਾ ਤੇ ਉਹ ਤੁਹਾਨੂੰ ਵਿਖਾਉਂਦੇ ਆ ਤਕਰੀਬਨ ਸਾਕਬ ਕਿਨਾਲੇ ਦਾ ਕਿੱਦਾਂ ਦੀ ਸੂਈ ਘੋੜੀ ਇਹਨੂੰ ਕੋਈ ਭਾਜੀ ਹਫ਼ਤਾ ਕੁ ਹੋ ਗਿਆ
ਘੋੜੀ ਦਿੱਤਾ ਘੋੜਾ ਚਿਹਰਾ ਦਿੱਤਾ ਚੱਲ ਕੋ ਨੀ ਰਲ ਰੁਲ ਕੇ ਦੋ ਤੂੰ ਵੀ ਪੀਣਾ ਮੈਂ ਵੀ ਪੀਣਾਗਾ ਕੋਈ ਅੰਬਰ ਭਾਈ ਯਾਰ ਤੂੰ ਪੀ ਲੈ ਮੈਂ ਪਹਿਲੀ ਕੋਈ ਗੱਲ ਤੂੰ ਪੀ ਲੈ ਪਹਿਲਾਂ ਤੂੰ ਪੀਵੀ ਨਾ ਅੱਛਾ ਸਾਕਬ ਘੋੜੀ ਦਾ ਮਾਸ਼ਾਅੱਲਾ ਸ਼ੌਕ ਵਾਹਵਾ ਭਾਜੀ ਸਾਕਬ ਭਾਈ ਨੂੰ ਮਾਸ਼ਾਅੱਲਾ ਵਾਹਵਾ ਸ਼ੌਕ ਹੈ ਸਾਕਬ ਨੂੰ ਤੇ ਵਕਾਰ ਨੂੰ ਭਾਈ ਵਕਾਰ ਬਾਹਰ ਤੇ ਸਾਕਬ ਨੂੰ ਤੇ ਇਹਨਾਂ ਦੋਵਾਂ ਨੂੰ ਵਾਹਵਾ ਸ਼ੌਕ ਹੈ ਇਹਨਾਂ ਦੋਵਾਂ ਬੰਦਿਆਂ ਨੇ ਭਾਈ ਘੋੜੀਆਂ ਦਾ ਸ਼ੌਕ ਪੂਰਾ ਕਰ ਦੇਣਾ ਪਏ ਉਹ ਘੋੜੀ ਦਾ ਆਪਣਾ ਤੁਹਾਨੂੰ ਸੀਨ ਸੀਨ ਵਿਖਾਉਂਦੇ ਆ ਸਾਡੇ ਕੋਲ ਦੋਵੇਂ ਘੋੜੀਆਂ ਨੇ ਇੱਕ ਉਹ ਸਾਹਮਣੇ ਉਹ ਤੁਹਾਨੂੰ ਵਿਖਾਉਂਦੇ ਜਿਹੜੀ ਸੁਈ ਇੱਕ ਉਹ ਸਫੇਦ ਰੰਗ ਦੀ ਉਹ ਸਾਹਮਣੇ ਜਿਹੜੀ ਅੱਗੇ ਵੀ ਡੇਰੇ ਤੇ ਤੁਹਾਨੂੰ ਵਿਖਾਉਂਦੇ ਰਹੇ ਹਾਂ ਅਸੀਂ ਹੁਣ ਤੁਹਾਨੂੰ ਘੋੜੀ ਕੋਲ ਜਾ ਕੇ ਤੇ ਤੁਹਾਨੂੰ ਉਹਦਾ ਸਾਰਾ ਸੀਨ ਚੈੱਕ ਕਰਾਉਂਦੇ ਹਾਂ ਹੈ ਰਸਤਾ ਨਾਲ ਉਹਦੀ ਬਣੇ ਆ ਹਰਦੁਆਰੀ ਬਣੀ ਹੈ ਘੋੜੀ ਯਾਰ ਉਹ ਇਹਦੇ ਕੋਲ ਡਰ ਹੀ ਆਉਂਦਾ ਭਾਈ ਘੋੜੀ ਸੂਈ ਹੈ ਤੇ ਭਾਈ ਮੈਂ ਤੇ ਕੋਲ ਘੋੜੀ ਦੇ ਕੋਲ ਪਹਾੜੀ ਰਹਿੰਦੀ ਹੈ ਭਾਈ ਹਾਂਜੀ ਸਾਕਪੁਰਾ ਨੂੰ ਆ ਯਾਰ ਹਾਂ ਦੇਖੋ ਜਨਾਬ ਮਾਸ਼ਾਅੱਲਾ ਘੋੜੀ ਜਨਾਬ ਘੋੜੀ ਜਾਂ ਕੋਈ ਜਾਨਵਰ ਉਸ ਤਰ੍ਹਾਂ ਦਾ ਜਿਹੜਾ ਸੋਇਆ ਹੋਏ ਨਾ ਤੇ ਉਹਦੇ ਕੋਲ ਜਰਾ ਥੋੜ੍ਹੇ ਜਿਹੇ ਪਿੱਛੇ ਰਹਿਣਾ ਚਾਹੀਦਾ ਜਿਹੜਾ ਬੰਦਾ ਕੋਲ ਰੱਖ ਜਿਹਨੇ ਰੱਖਿਆ ਹੋਏ ਨਾ ਉਹਨੂੰ ਕੋਈ ਨਹੀਂ ਆਉਂਦੇ ਸਾਕਬ ਕਿੰਨੇ ਦਿਨ ਹੋ ਗਏ ਸੋਇਆ ਹਫ਼ਤਾ ਹੋ ਗਿਆ ਵਛੇਰਾ ਨਾਲ ਅੱਛਾ ਸੇਵਾ ਸੁਵਾ ਦੀ ਚੰਗੀ ਕਰਦੇ ਹੋ ਬੇ ਕੀ ਪਾਉਂਦੇ ਹੋ ਬੇ ਇਹਨੂੰ ਮਾਸ਼ਾਅੱਲਾ ਮਾਸ਼ਾਅੱਲਾ ਘਾਹ ਸ਼ਾਹ ਪੈ ਰਿਹਾ ਜਨਾਬ ਆ ਵੇਖੋ ਘੋੜੀ ਦੇ ਵਾਸਤੇ ਉੱਤੇ ਪੱਖਾ ਲੱਗਾ ਪੂਰਾ ਮਾਹੌਲ ਬਣੇ ਆ ਜਨਾਬ ਹਵਾ ਵਾਸਤੇ ਸਾਰੇ 12 ਦਿਨ ਬਣੀ ਉਹ ਭਾਈ ਪਿੱਛੇ ਰਹੀ ਆਇਓ ਆਇਓ